ਸੋ ਸਭ ਤੋਂ ਪਹਿਲਾਂ Big Star Bio ਚੈਨਲ ਵੇਖਣ ਵਾਲੇ ਸਾਰੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸਾਡੇ ਪੰਜਾਬ ਦੇ ਉਸ ਕਮੇਡੀ ਐਕਟਰ ਦੀ ਜਿਨ੍ਹਾਂ ਤੋਂ ਬਿਨਾ ਕੋਈ ਵੀ ਪੰਜਾਬੀ ਫਿਲਮ ਪੂਰੀ ਨਹੀਂ ਹੋ ਸਕਦੀ ਮੈਂ ਗੱਲ ਕਰ ਰਿਹਾ ਤੁਹਾਡੇ ਸਭ ਦੇ ਹਰਮਨ ਪਿਆਰੇ ਐਕਟਰ ਗੁਰਪ੍ਰੀਤ ਘੋਗੀ ਜੀ ਦੀ ਜਿਨ੍ਹਾਂ ਨੂੰ ਆਪਣੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਕਿਸੇ ਸਮੇਂ 7 ਰੁਪਏ ਦੇ ਦਿਹਾੜੀ ਵੀ ਕਰਨੀ ਪਈ ਸੀ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਗੁਰਪ੍ਰੀਤ ਘੋਗੀ ਜੀ ਦੇ ਜੀਵਨ ਦੇ ਬਾਰੇ ਪੂਰੇ ਵਿਸਥਾਰ ਦੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਸੋ ਜੇਕਰ ਤੁਸੀਂ ਵੀ ਇਹਨਾਂ ਦੀ ਐਕਟਿੰਗ ਨੂੰ ਸੰਤ ਕਰ ਦਿਓ ਤਾਂ ਇਸ ਵੀਡੀਓ ਨੂੰ ਲਾਈਕ ਕਰ ਦਿਬੋ ਜੀ ਤੇ ਇਸੇ ਤਰ੍ਹਾਂ ਦੀਆਂ ਹਰ ਉਸ ਨਮੀਆਂ ਵੀਡੀਓ ਵੇਖਣ ਦੇ ਲਈ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਵੋ ਤਾਂ ਫਿਰ ਤੁਹਾਡਾ ਬਹੁਤਾਂ ਸਮਾਂ ਨਾ ਲੈਂਦੇ ਹੋਏ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਇਹ ਵੀਡੀਓ ਸੋ ਸਭ ਤੋਂ ਪਹਿਲਾਂ ਗੁਰਪ੍ਰੀਤ ਕੋ ਗੀ ਜੀ ਦਾ ਜਨਮ ਮਿਤੀ 19 ਜੂਨ 1971 ਨੂੰ ਮਾਤਾ ਸੁਖਵਿੰਦਰ ਕੌਰ ਦੀ ਕੋਕੋਂ ਤੇ ਪਿਤਾ ਸਰਦਾਰ ਗੁਰਨਾਮ ਸਿੰਘ ਦੇ ਘਰ ਪਿੰਡ ਕੋਖੜ ਫੌਜੀਆ ਗੁਰਦਾਸਪੁਰ ਪੰਜਾਬ ਦੇ ਵਿੱਚ ਹੋਇਆ ਦੋਸਤੋ ਵੈਸੇ ਤਾਂ ਇਹਨਾਂ ਦਾ ਅਸਲ ਨਾਮ ਗੁਰਪ੍ਰੀਤ ਸਿੰਘ ਵੜੈਚਾ ਪਰ ਆਪਾਂ ਸਾਰੇ ਇਹਨਾਂ ਨੂੰ ਪੰਜਾਬੀ ਇੰਡਸਟਰੀ ਦੇ ਵਿੱਚ ਗੁਰਪ੍ਰੀਤ ਕੋ ਗੀ ਦੇ ਨਾਮ ਉਹੀ ਜਾਣਦੇ ਆ ਦੱਸ ਦਈਏ ਕਿ ਚਾਚਾ ਰੌਣਕੀ RAM ਨੇ ਇਹਨਾਂ ਦੇ ਗੁਰਪ੍ਰੀਤਾਂ ਨਾਮ ਦੇ ਪਿੱਛੇ ਕੁੱਗੀ ਸ਼ਬਦ ਲਗਾ ਦਿੱਤਾ ਸੀ ਤੇ ਹੁਣ ਅੱਗੇ ਗੱਲ ਕਰਦੇ ਆ ਆਪਾਂ ਇਹਨਾਂ ਦੇ ਵਿਆਹ ਦੇ ਬਾਰੇ ਦੋਸਤੋ ਗੁਰਪ੍ਰੀਤਾਂ ਕੁੱਗੀ ਜੀ ਦਾ ਵਿਆਹ ਹੋ ਚੁੱਕਾ ਹੈ ਇਹਨਾਂ ਦਾ ਵਿਆਹ ਕੁਲਜੀਤ ਕੌਰ ਜੀ ਦੇ ਨਾਲ ਹੋਇਆ ਤੇ ਵਿਆਹ ਤੋਂ ਬਾਅਦ ਇਹਨਾਂ ਦੇ ਘਰ ਇੱਕ ਬੇਟਾ ਤੇ ਬੇਟੀ ਨੇ ਜਨਮ ਲਿਆ ਤੇ ਹੁਣ ਗੱਲ ਕਰਦੇ ਆ ਆਪਾਂ ਇਹਨਾਂ ਦੀ ਪੜ੍ਹਾਈ ਦੀ। ਦੋਸਤੋ ਗੁਰਪ੍ਰੀਤ ਘੁੱਗੀ ਨੇ ਆਪਣੀ ਪਲੱਸ 1 ਤੇ ਪਲੱਸ 2 ਦੀ ਪੜ੍ਹਾਈ ਪ੍ਰਾਈਵੇਟ ਕੀਤੀ ਕਿਉਂਕਿ ਉਹਨਾਂ ਦੇ ਪਿਤਾ ਸਰਦਾਰ ਗੁਰਨਾਮ ਸਿੰਘ ਨੂੰ ਆਪਣੇ ਬਿਜ਼ਨਸ ਦੇ ਵਿੱਚ ਬਹੁਤ ਹੀ ਜ਼ਿਆਦਾ ਘਾਟਾ ਪੈ ਗਿਆ ਸੀ ਜਿਸ ਕਾਰਨ ਪਰਿਵਾਰ ਦੀ ਆਰਥਿਕ ਸਥਿਤੀ ਵੀ ਬਹੁਤ ਹੀ ਜ਼ਿਆਦਾ ਮਾੜੀ ਚੱਲ ਰਹੀ ਸੀ। ਆਪਣੇ ਪਰਿਵਾਰ ਦੀ ਸਥਿਤੀ ਨੂੰ ਦੇਖਦੇ ਹੋਏ ਇਹ ਤਿੰਨੇ ਭਰਾ ਆਪ ਕੰਮ ਕਰਨ ਦੇ ਲਈ ਜਾਇਆ ਕਰਦੇ ਸਨ। ਦੱਸਦੀ ਹੈ ਕਿ ਗੁਰਪ੍ਰੀਤ ਖੁੱਗੀ ਜੀ ਸਾਬ ਤਹਿਸੀਲ ਕਰਤਾਰਪੁਰ ਦੇ ਵਿੱਚ ਲੋਕਾਂ ਦੇ ਬਿਆਨੇ ਟਾਈਪ ਕਰਦੇ ਹੁੰਦੇ ਸੀ ਪੂਰੇ 2 ਸਾਲ ਇਹਨਾਂ ਨੇ ਉੱਥੇ ਹੀ 7 ਰੁਪਏ ਦਿਹਾੜੀ ਤੇ ਕੰਮ ਕੀਤਾ ਪਰ ਦੋਸਤੋ ਐਕਟਿੰਗ ਦੇ ਨਾਲ ਪਿਆਰ ਹੋਣ ਕਰਕੇ ਉਹਨਾਂ ਨੇ ਉਹ ਨੌਕਰੀ ਛੱਡ ਦਿੱਤੀ ਕਿਉਂਕਿ ਗੁਰਪ੍ਰੀਤ ਖੁੱਗੀ ਜੀ ਨੂੰ ਬਚਪਨ ਤੋਂ ਹੀ ਐਕਟਿੰਗ ਦੇ ਨਾਲ ਬਹੁਤ ਜਿਆਦਾ ਪਿਆਰ ਸੀ ਤੇ ਉਹਨਾਂ ਦਾ ਸੁਪਨਾ ਸੀ ਕਿ ਮੈਂ ਵੱਡਾ ਹੋ ਕੇ ਐਕਟਰ ਬਣਾ ਦੋਸਤੋ ਇਹਨਾਂ ਨੂੰ ਇਹ ਲੱਗਦਾ ਸੀ ਕਿ ਜੇਕਰ ਮੈਂ ਉੱਥੇ ਹੀ ਕੰਮ ਕਰਦਾ ਰਿਹਾ ਤਾਂ ਮੇਰਾ ਇੱਕ ਐਕਟਰ ਬਣਦਾ ਸੁਪਨਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਤੇ ਫਿਰ ਇਸ ਤੋਂ ਬਾਅਦ ਇਹ ਜਲੰਧਰ ਦੇ ਦੁਆਬਾ ਕਾਲਜ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਚਲੇ ਗਏ ਪਰ ਦੋਸਤੋ ਇਹਨਾਂ ਕੋਲ ਕਾਲਜ ਦੀ ਫੀਸ ਭਰਨ ਯੋਗੇ ਪੈਸੇ ਨਹੀਂ ਸਨ ਪਰ ਫਿਰ ਵੀ ਇਹਨਾਂ ਨੂੰ ਇਸ ਹਾਲਾਤ ਦੇ ਵਿੱਚ ਵੀ ਕਾਲਜ ਦੇ ਵਿੱਚ ਐਡਮਿਸ਼ਨ ਮਿਲ ਗਈ ਕਿਉਂਕਿ ਕਾਲਜ ਵਾਲਿਆਂ ਦੀ ਇੱਕ ਸ਼ਰਤ ਸੀ कि जेकर गुरप्रीतਾ ਕੋ ਕਾਲਜ ਨੂੰ ਯੂਥ ਫੈਸਟੀਵਲ ਦੇ ਪ੍ਰੋਗਰਾਮ ਦੇ ਵਿੱਚ ਜਿਤਾ ਦਿੰਦੇ ਆ ਤਾਂ ਉਹਨਾਂ ਦੀ ਬੀਏ ਦੀ ਸਾਰੀ ਫੀਸ ਮਾਫ ਕਰ ਦਿੱਤੀ ਜਾਵੇਗੀ ਤੇ ਦੋਸਤੋ ਅੱਗੇ ਹੋਇਆ ਵੀ ਇਸੇ ਤਰ੍ਹਾਂ ਗੁਰਪ੍ਰੀਤਾ ਖੁੱਗੀ ਨੇ ਆਪਣੀ ਸ਼ਾਨਦਾਰ ਕਮੇਡੀ ਦੇ ਸਦਕਾ ਕਾਲਜ ਨੂੰ ਲਗਾਤਾਰ ਯੂਥ ਫੈਸਟੀਵਲ ਦੇ ਪ੍ਰੋਗਰਾਮ ਦੇ ਵਿੱਚ ਜਿਤਾਇਆ ਤੇ ਦੋਸਤੋ ਇਸੇ ਤਰ੍ਹਾਂ ਗੁਰਪ੍ਰੀਤਾ ਖੁੱਗੀ ਜੀ ਦੀ ਵੀ ਹੌਲੀ ਹੌਲੀ ਆਮ ਲੋਕਾਂ ਦੇ ਵਿੱਚ ਪਛਾਣ ਬਣਨੀ ਸ਼ੁਰੂ ਹੋਈ ਤੇ ਫਿਰ ਇਹਨਾਂ ਨੇ ਸਨ 1990 ਦੇ ਵਿੱਚ ਥੀਏਟਰ ਕਰਨਾ ਸ਼ੁਰੂ ਕਰ ਦਿੱਤਾ ਸੀ ਦੋਸਤੋ ਗੁਰਪ੍ਰੀਤਾ ਖੁੱਗੀ ਨੇ ਰੌਣਕ ਮੇਲਾ ਪਰਸ਼ਾਵੇਂ ਖੁੱਗੀ ਐਕਸਪ੍ਰੈਸਰ ਅਤੇ ਹੋਰ ਕਈ ਹਿੱਟ ਟੀਵੀ ਸ਼ੋਅ ਦੇ ਵਿੱਚ ਕੰਮ ਕੀਤਾ ਦੋਸਤੋ ਆਪਣੀ ਕਮੇਡੀ ਦੀ ਕਲਾ ਕਰਕੇ ਗੁਰਪ੍ਰੀਤ ਖੁੱਗੀ ਜੀ ਛੇਤੀ ਹੀ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰ ਗਏ ਜੇਕਰ ਆਪਾਂ ਇਹਨਾਂ ਦੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਸ਼ੁਰੂਆਤ ਦੀ ਗੱਲ ਕਰੀਏ ਤਾਂ ਦੋਸਤੋ ਇਹਨਾਂ ਨੇ ਸਭ ਤੋਂ ਪਹਿਲਾਂ ਹਰ ਭਜਨ ਮੰਨਦੀ ਫਿਲਮਾਂ ਜਿਹੀਆਂ ਨੂੰ ਦੇ ਵਿੱਚ ਕੰਮ ਕੀਤਾ ਸੀ ਉਸ ਫਿਲਮ ਦੇ ਵਿੱਚ ਇਹਨਾਂ ਨੇ ਇੱਕ ਟਰੈਵਲਰ ਜਨ ਦਾ ਰੋਲ ਨਿਭਾਇਆ ਜੋ ਕਿ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਦੋਸਤੋ ਇਸ ਤੋਂ ਬਾਅਦ ਇਹਨਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਤੱਕਿਆ ਤੇ ਫਿਰ ਇਹਨਾਂ ਨੇ ਇੱਕ ਤੋਂ ਇੱਕ ਸੁਪਰ ਹਿੱਟ ਫਿਲਮਾਂ ਦੇ ਵਿੱਚ ਕੰਮ ਕੀਤਾ ਜਿੱਦਾਂ ਕਿ ਮੁੱਡੇ ਯੂਕੇ ਦੇ ਕੈਰੀਅਨ ਜੱਟਾ ਵਧਾਈਆਂ ਜੀ ਵਧਾਈਆਂ ਮੰਜੇ ਬਿਸਤਰੇ ਪਾਣੀ ਚ ਮਿਧਾਣੀ ਤੇ ਹੋਰ ਕਈ ਹਿੱਟ ਫਿਲਮਾਂ ਦੇ ਵਿੱਚ ਗੁਰਪ੍ਰੀਤ ਖੁੱਗੀ ਨੇ ਆਪਣੀ ਕਲਾ ਦਿਖਾਈ। ਦੋਸਤੋ ਗੁਰਪ੍ਰੀਤ ਖੁੱਗੀ ਜੀ ਦੀ ਐਕਟਿੰਗ ਨੂੰ ਸਾਰੇ ਹੀ ਦਰਸ਼ਕਾਂ ਨੇ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ। ਬਾਕੀ ਦੋਸਤੋ ਕਿਹੜੀ ਫਿਲਮ ਦੇ ਵਿੱਚ ਤੁਹਾਨੂੰ ਖੁੱਗੀ ਜੀ ਦੀ ਐਕਟਿੰਗ ਜ਼ਿਆਦਾ ਪਸੰਦ ਆਈ ਆ? ਨੀਚੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਜੀ। ਦੋਸਤੋ ਜਿੱਤੇ ਹੀ ਬਹੁਤ ਹੀ ਵਧੀਆ ਐਕਟਰ ਹਨ, ਉੱਤੇ ਹੀ ਗੁਰਪ੍ਰੀਤ ਖੁੱਗੀ ਜੀ ਕਾ ਬਹੁਤ ਹੀ ਵਧੀਆ ਰਾਈਟਰ ਵੀ ਹਨ। ਦੱਸ ਦिए ਕਿ ਇਹ ਆਮ ਆਦਮੀ ਪਾਰਟੀ ਦੇ ਪ੍ਰਧਾਨ ਵੀ ਰਹੇ ਚੁੱਕੇ ਨੇ ਪਰ ਪਾਰਟੀ ਦੇ ਵਿੱਚ ਜਦੋਂ ਤੋਂ ਉਹ ਗਵੰਤਮ ਆਏ ਆ ਇਹਨਾਂ ਨੇ ਪਾਰਟੀ ਛੱਡ ਦਿੱਤੀ ਸੋ ਇਹ ਬਾਇਓਗ੍ਰਾਫੀ ਸੀ ਪੰਜਾਬ ਦੇ ਪ੍ਰਸਿੱਧ ਕਮੇਡੀ ਐਕਟਰ ਗੁਰਪ੍ਰੀਤ ਖੋਗੀ ਜੀ ਦੀ ਮਿਲਦੇ ਆ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਧੰਨਵਾਦ